ਸੋ ਅਸੀਂ ਹੁਣ ਇੱਕ ਹੋਰ ਮਾਣ ਮਹਿਸੂਸ ਕਰ ਸਕਦੇ ਹਾਂ ਜੇ ਤੁਸੀਂ ਅੱਜ ਮਨਜ਼ੂਰੀ ਦਿਓ ਤਾਂ। ਉਹ ਮਨਜ਼ੂਰੀ ਤੁਸੀਂ ਜਦੋਂ ਮੈਂ ਐਲਾਨ ਕਰਤਾ ਉਹ ਤੋਂ ਬਾਅਦ ਦੋਨੇ ਹੱਥ ਉੱਪਰ ਜਾ ਕੇ ਤਾੜੀਆਂ ਮਾਰ ਕੇ ਸਾਨੂੰ ਦੱਸ ਦਿਓ, ਸਾਡਾ ਹੌਸਲਾ ਵਧਜੂ। ਇਹ ਆਉਣ ਵਾਲੇ 10-15 ਦਿਨਾਂ 'ਚ ਹੀ, ਯਾਨੀ ਕਿ ਐਸੇ ਮਹੀਨੇ ਦੇ ਅਖੀਰ 'ਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਅਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਊਂਸ ਕਰ ਦਾਂਗੇ, 14 ਦੀਆਂ 14 ਜਿੱਤਾਂਗੇ। ਹੱਥ ਖੜ੍ਹੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ। ਆਹ ਪੜਾਸ ਹੈ ਤੁਹਾਡਾ, ਤੁਹਾਡਾ ਬੱਸ ਚੱਲੇ ਤਾਂ ਅੱਜ ਹੀ ਵੋਟਾਂ ਪਵਾ ਲਓ। 14 ਦੀਆਂ 14 ਤੁਹਾਨੂੰ ਐਸੇ ਮਹੀਨੇ 'ਚ ਉਮੀਦਵਾਰਾਂ ਦੇ ਨਾਮ ਦੱਸ ਦਾਂਗੇ, ਕਿਆ ਲੜੂਗਾ ਤੁਹਾਡਾ ਉਮੀਦਵਾਰ, ਤੁਹਾਡੇ 'ਚ ਹੀ ਹੋਊਗਾ। ਵੀਰੋ, ਇਹਨਾਂ ਦੀਆਂ ਆਕੜਾਂ ਹਜੇ ਹੈਗੀਆਂ ਨੇ, ਹਜੇ ਛੋਟੇ ਛੋਟੇ ਸਰੀਏ ਤਾਂ ਕੱਢਤੇ, ਹਜੇ ਗਰਦਨਾਂ 'ਚ ਕਿੱਲ ਪਏ ਨੇ ਛੋਟੇ ਛੋਟੇ, ਉਹ ਕਿੱਲ ਵੀ 14-0 ਜਦੋਂ ਕਰੋਗੇ ਉਹ ਕਿੱਲ ਵੀ ਨਿਕਲ ਜਾਣਗੇ। ਮੈਂ ਬੜੇ ਆਰਾਮ ਨਾਲ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ। ਆਹ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ, ਪਰ ਇਹਨਾਂ ਦਾ ਖਾਤਮਾ ਕਰੋ, ਨਿਬੇੜੋ ਇਹਨਾਂ ਨੂੰ, ਦੰਦਲ ਪਾਓ ਇਹਨਾਂ ਨੂੰ, ਤਾਂ ਕਿ ਇਹਨਾਂ ਦੇ ਮੂੰਹੋਂ ਕੋਈ ਗੱਲ ਨਿਕਲ ਨਾ ਸਕੇ। ਪਹਿਲਾਂ ਮੈਂ ਡਿਬੇਟ ਕੀਤੀ ਸੀ ਲੁਧਿਆਣੇ 1 ਨਵੰਬਰ ਨੂੰ, 20 ਦਿਨ ਬੁਲਾਈ ਗਿਆ, ਆ ਜਾਓ, ਨਾ ਆਏ ਨਹੀਂ। ਊਂ ਰੋਜ਼ ਆਏ ਨਹੀਂ ਹੋਇਆ, ਉਹ ਆਏ, ਉੱਥੇ ਆ ਜਾਂਦੇ ਭਾਈ, ਉੱਥੇ ਕਿਉਂ ਨਹੀਂ ਆਏ? ਕਿਉਂਕਿ ਉੱਥੇ ਪਤਾ ਸੀ ਵੀ ਸਾਰਿਆਂ ਸਾਹਮਣੇ ਬੇਇੱਜ਼ਤੀ ਹੋਊਗੀ, ਕੋਈ ਫਾਇਦਾ ਨਹੀਂ ਇੱਥੇ ਜਾਣ ਦਾ। ਸੋ ਇਸ ਕਰਕੇ 13-0 ਅਸੀਂ ਨਾਰਾ ਦਿੱਤਾ, ਇਸ ਵਾਰ ਦੇਸ਼ ਦੇ ਵਿੱਚ ਪੰਜਾਬ ਬਣੂੰਗਾ ਹੀਰੋ। ਇਸ ਵਾਰ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ 'ਚ 13-0 ਪੰਜਾਬ ਤੋਂ, ਅਤੇ 14ਵੀਂ ਚੰਡੀਗੜ੍ਹੋਂ। ਚੰਡੀਗੜ੍ਹ ਵਾਲੀ ਤਾਂ ਹੁਣ ਪੱਕੀ ਹੋ ਗਈ, ਕਿਉਂਕਿ ਤੁਸੀਂ ਦੇਖਿਆ ਨਾ ਸੁਪਰੀਮ ਕੋਰਟ ਨੇ ਕੀ ਝਾੜ ਪਾਈ ਆ ਚੰਡੀਗੜ੍ਹ, ਜੋ ਇਹਨਾਂ ਨੇ ਕੀਤਾ, ਕਿਵੇਂ ਵੋਟਾਂ ਗਿਣੀਆਂ ਚੰਡੀਗੜ੍ਹ ਦੇਖ ਲਓ, ਕਿਵੇਂ ਗਿਣ ਰਹੇ ਸੀ ਵੋਟਾਂ, ਉਹ ਬੰਦਾ ਵੋਟਾਂ ਕਿਵੇਂ ਗਿਣ ਰਿਹਾ ਸੀ, ਨਾਲੇ ਕੈਮਰੇ ਵੱਲ ਦੇਖ ਰਿਹਾ ਸੀ, ਉਹ ਦੇਖ ਰਿਹਾ ਸੀ ਬੀਜੇਪੀ ਵਾਲੇ ਪਾਸੇ ਘੱਟ ਨੇ। ਆਹ ਆਮ ਆਦਮੀ ਪਾਰਟੀ ਵਾਲਿਆਂ ਦੀ ਹੈ, ਇਹਨਾਂ ਨੂੰ ਕਿਹੜਾ ਪਤਾ ਲੱਗਦਾ, ਮੈਨੂੰ ਕਿਹੜਾ ਕੋਈ ਦੇਖਦਾ, ਇਹ ਲੈ ਬੀਜੇਪੀ ਵਾਲੇ ਪਾਸੇ ਧਰ ਦਿੰਦਾ ਵਾ ਇਹਨੂੰ, ਇਹ ਆਹ ਵੀ ਇਹਨਾਂ ਦੀ ਹੈ, ਇਹਨਾਂ ਦੀ ਆਈ ਜਾਂਦੀਆਂ ਨੇ ਬੀਜੇਪੀ ਦੀਆਂ ਘਟੀ ਜਾਂਦੀਆਂ, ਇਹ ਲੈ ਇਹ ਵੀ ਇੱਧਰ ਧਰ ਦਿੰਦਾ, ਅਤੇ ਕਹਿੰਦਾ ਇਹਨਾਂ ਦੀਆਂ 16 ਉਹਨਾਂ ਦੀਆਂ 12, ਜਿੱਤ ਗਏ। ਅਸੀਂ ਇਹ ਉੱਥੇ ਕਰਦੇ ਆ ਪਾਰਲੀਮੈਂਟ 'ਚ ਕਾਨੂੰਨ ਕਿਵੇਂ ਪਾਸ ਕਰਦੇ ਆ, ਹਾਂ ਵਾਲੇ ਹਾਂ ਕਹੋ, ਨਾ ਵਾਲੇ ਨਾ ਕਹੋ, ਮੈਨੂੰ ਲੱਗਦਾ ਹਾਂ ਜਿੱਤੋਗੀ, ਹਾਂ ਜਿੱਤੋਗੀ, ਚਲੋ ਵੀ ਬਿੱਲ ਪਾਸ ਹੋ ਗਿਆ, ਤਾਂ ਧੱਕਾ ਯਾਰ।